ਅੰਮ੍ਰਿਤਸਰ ਦੇ ਥਾਣਾ ਮਜੀਠਾ ਦੇ ਅਧੀਨ ਆਉਂਦੇ ਖੇਤਰ ਵਿੱਚ ਪ੍ਰੇਮ ਸਬੰਧਾਂ ਦੇ ਚੱਲਦੇ ਇੱਕ ਕੁੜੀ ਅਤੇ ਇੱਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੱਥੂ ਨਗਰ ਰੋਡ ਸਾਹਮਣੇ ਭਾਈ ਸਾਲੋ ਮੋੜ ਤੇ ਸਤਿਗੁਰ ਪਬਲਿਕ ਸਕੂਲ ਦੇ ਨੇੜੇ ਲੜਕੀ ਅਨੂ ਪੁੱਤਰੀ ਦਿਲਬਾਗ ਸਿੰਘ ਬਾਘਾ ਦਾ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਹਮਣੇ ਮਜੀਠਾ ਕੱਥੂ ਨਗਰ ਰੋਡ ਵਿਖੇ ਪਵਨ ਸਿੰਘ ਪੁੱਤਰ ਰਾਜਪਾਲ ਸਿੰਘ ਨੂੰ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜਿਸ 'ਤੇ ਕੁੜੀ ਅਨੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਲੜਕੇ ਨੂੰ ਜ਼ਖਮੀ ਹਾਲਾਤ ਵਿੱਚ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋਈ ਹੈ। ਇਸ ਸੰਬੰਧੀ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਪਰਿਵਾਰ ਵਾਲਿਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਸਾਡੇ ਘਰ ਵਿੱਚ ਆ ਕੇ ਉਹਨਾਂ ਦੇ ਲੜਕੇ 'ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ, ਜਿਸ ਕਰਕੇ ਹੀ ਉਸਦੀ ਗਰਦਨ ਵੱਢੀ ਗਈ ਅਤੇ ਲੜਕੇ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਦਮ ਤੋੜ ਗਿਆ। ਗੱਡੀਆਂ ਧੋਂਦਾ ਸੀਗਾ ਵੀਰ ਮੇਰਾ, ਕੁੜੀ ਆਣ ਕੇ ਮੁੰਡਿਆਂ ਨੂੰ ਜ਼ਬਰਦਸਤੀ ਆਉਂਦੀ ਰਹਿੰਦੀ ਹੁੰਦੀ ਮੇਰੇ ਘਰ, ਉਹ ਘਰ ਨਹੀਂ ਜਾਂਦਾ ਏ ਉਹਦੇ, ਫਿਰ ਵੀ ਉਹ ਆਉਂਦੀ ਰਹੀ। ਮਾਂ ਨੂੰ ਵੀ ਪਤਾ ਸੀ, ਪਿਓ ਨੂੰ ਵੀ ਪਤਾ, ਸਾਰਿਆਂ ਜੀਆਂ ਨੂੰ ਪਤਾ, ਫਿਰ ਵੀ ਉਹ ਆਉਂਦੇ ਸੀਗੇ ਵੀ ਇਹਨੂੰ ਵੱਢਣਾ ਹੁਣ, ਇਹ ਕੁੜੀ ਕੁੜੀ ਗਲਤ ਸੀਗੀ। ਜਦੋਂ ਕੁੜੀ ਗਲਤ ਸੀ, ਕੁੜੀ ਨੂੰ ਕਿਉਂ ਨਹੀਂ ਜ਼ਬਰਦਸਤੀ, ਉਹਨੂੰ ਕੁੜੀ ਨੂੰ ਕਿਉਂ ਨਹੀਂ ਫੜ ਸਕਦੇ ਸੀਗੇ। ਕੁੜੀ ਦੇ ਪਿਓ ਦਾ ਨਾਂ ਬਾਘਾ, ਉਹਨੇ ਆਣ ਕੇ ਮੇਰੇ ਭਰਾ ਨੂੰ ਵਢਾ ਦਿੱਤਾ। ਸਾਡੇ ਘਰ ਪਾਠ ਚੱਲਣ ਡਿਆ ਸੁਖਮੀ ਸਾਹਿਬ ਦਾ, ਅਸੀਂ ਪਾਠ ਕਰਦੇ ਸੀਗੇ। ਕੁੜੀ ਵੀ ਉੱਥੋਂ ਦੀ ਰਹਿਣ ਵਾਲੀ, ਮਜੀਠੇ ਦੀ ਰਹਿਣ ਵਾਲੀ। ਸਾਡੇ ਘਰ ਪਾਠ ਚੱਲਣ ਡਿਆ ਸੁਖਮੀ ਸਾਹਿਬ ਦਾ, ਭੋਗ ਪਿਆ ਬਾਹਰ ਆਣ ਕੇ, ਉਸੇ ਵੇਲੇ ਮੁੰਡੇ ਪੰਜ ਛੇ ਆਇਆ, ਦਾਤਰ ਮਾਰ ਕੇ ਵੱਢ ਗਏ। ਮੇਰੇ ਸਾਰਾ ਕਸੂਰ ਹੈ, ਜੇ ਉਹ ਆਪਣੀ ਕੁੜੀ ਨੂੰ ਨਖੱਤੀ ਨੂੰ ਡੱਕ ਕੇ ਰੱਖਦੇ ਕੰਜਰ, ਤਾਂ ਕੁੜੀ ਕਿਉਂ ਨਹੀਂ ਟੱਕੀ ਰਹਿੰਦੀ, ਕੁੜੀ ਕਿਉਂ ਨਹੀਂ ਟੱਕੀ ਰਹਿੰਦੀ ਵੀ ਉਹ ਮਾਂ ਡੱਕ ਕੇ ਰੱਖ ਸਕਦੀ ਸੀਗੀ। ਸਾਰਾ ਕੁਛ ਮਾਂ ਪਿਓ ਦੇ ਹੱਥ ਵਸ ਆ, ਬੱਚੇ ਆਪਣੇ ਆਪਣੇ ਹੱਥ ਵਸ ਹੁੰਦੇ ਆ। ਕੀ ਚਾਹੁੰਦੇ ਹੋ ਤੁਸੀਂ? ਹੁਣ ਅਸੀਂ ਚਾਹੁੰਦੇ ਆ ਕੁੜੀ ਦੇ ਪਿਓ ਦੇ ਕਾਰਵਾਈ ਹੋਵੇ, ਕੁੜੀ ਦੇ ਪਿਓ ਦੀ ਕਾਰਵਾਈ ਹੋਵੇ, ਕੁੜੀ ਦੇ ਮਾਂ ਦੀ ਕਾਰਵਾਈ ਹੋਵੇ, ਕੁੜੀ ਦੇ ਦਾਦੇ ਤੇ ਕਾਰਵਾਈ ਹੋਵੇ, ਸਾਰੀ ਸਾਡੀ ਘਰ, ਸਾਨੂੰ ਇਨਸਾਫ ਚਾਹੀਦਾ, ਸਾਡਾ ਵੀਰ ਸਾਨੂੰ ਚਾਹੀਦਾ। ਮੇਰਾ ਨਾਮ ਅਲਕਾ ਆ। ਕੀ ਨਾਮ ਸੀ ਤੁਹਾਡੇ ਭਰਾ ਦਾ? ਪਵਨ। ਕੀ ਹੋਇਆ ਉਹਨੂੰ? ਉਹਨੂੰ ਮੁੰਡੇ ਆਣ ਕੇ ਵੱਢ ਗਏ ਆ। ਕਿਹੜੇ ਮੁੰਡੇ ਸੀ, ਕਿੱਥੋਂ ਦੇ ਰਹੇ? ਮੁੰਡਿਆਂ ਦਾ ਨਹੀਂ ਸਾਨੂੰ, ਮੁੰਡਿਆਂ ਦਾ ਨਹੀਂ ਪਤਾ ਕਿਹੜੇ ਕਿਹੜੇ ਨਹੀਂ ਆਗੇ। ਮਸਲਾ ਕੀ ਝਗੜਾ ਕਿਹਦੇ ਨੂੰ ਵੱਢਿਆ, ਕਿਉਂ ਵੱਢਿਆ? ਕੁੜੀ ਦੀ ਮਾਂ ਨੂੰ ਵੀ ਪਤਾ ਸੀ ਸਾਰਾ ਕੁਛ, ਕੁੜੀ ਦੇ ਘਰ ਦੇ ਸਾਰੇ ਟੱਬਰ ਨੂੰ ਪਤਾ ਸੀ ਕਿ ਕੁੜੀ ਉਹਨਾਂ ਦੀ ਗਲਤ ਸੀਗੀ, ਕੁੜੀ ਉਹਨਾਂ ਦੀ ਸਾਰੀ ਸਾਡਾ ਸਾਰਾ ਗਲਤ ਸੀ, ਕੁੜੀ ਉਹਨਾਂ ਦੀ ਆਪ ਖੁਦ, ਕਿਉਂਕਿ ਇਹ ਸਾਡੇ ਦੁਕਾਨਦਾਰੀ ਦਾ ਕੰਮ ਸੀ, ਕੁੜੀ ਉਹਨਾਂ ਦੀ ਆਪ ਆਣ ਕੇ ਇਹਨੂੰ ਕਹਿੰਦੀ ਸੀ। ਇਹਨੇ ਦੋ ਵਾਰੀ ਨਾਂਹ ਵੀ ਕੀਤੀ ਕਿ ਮੈਂ ਨਹੀਂ, ਮੈਂ ਇਸ ਕੰਮ 'ਚ ਨਹੀਂ ਪੈਣਾ, ਮੇਰੇ ਘਰਦਿਆਂ ਨੇ ਮੈਨੂੰ ਡਾਂਟਣਾ, ਸਾਡਾ ਇਹ ਮੁੰਡਾ ਹੈਗਾ ਇਹਨੂੰ ਆਪਾਂ ਡਾਂਟ ਕੇ ਦੱਸਦੇ ਨੇ, ਇਹੋ ਜਿਹਾ ਮੁੰਡਾ ਨਹੀਂ ਸੀ। ਪ੍ਰਿੰਸ ਸੰਬੰਧ ਸੀ, ਪਿਆਰ ਕਰਦੇ ਪਿਆਰ ਦਾ, ਇਹੋ ਜਿਹਾ ਪਿਆਰ ਨੂੰ ਕੀ ਕਰਨਾ ਵਾ, ਜਿਹੜਾ ਸਾਡੇ ਵੀਰ ਨੂੰ ਖਾ ਗਿਆ, ਇਹੋ ਜਿਹਾ ਨੂੰ ਕੀ ਕਰਨਾ? ਕੀ ਕਰਦਾ ਤੁਹਾਡਾ ਭਰਾ? ਮੇਰਾ ਭਰਾ ਗੱਡੀਆਂ ਦੀ ਸਰਵੇ ਟੈਸ਼ਨ ਸੀ ਸਾਡਾ। ਕਿਹੜੀ ਕੁੜੀ ਸੀ ਜਿਹੜੀ ਆਉਂਦੀ ਸੀ? ਕੀ ਨਾਮ? ਹਾਂਜੀ, ਕੌਣ ਮਿਲਣ ਆਉਂਦੀ? ਅਣੂ ਅਣੂ ਕੁੜੀ ਹੈਗੀ, ਪਤਾ ਨਹੀਂ ਕਿਹੜੀ ਹੈਗੀ ਆ। ਪਰਸੋਂ ਚੌਥ ਰਾਤ ਦੀ ਵੀ ਗੱਲ ਆ, ਇਹ ਕੁੜੀ ਘਰੋਂ ਨੱਠ ਗਈ, ਇਹ ਸਾਡੇ ਘਰ ਆਇਆ ਕਿ ਮਤਲਬ ਮੁੰਡਾ ਤੁਹਾਡਾ ਲੈ ਕੇ ਗਿਆ ਕੁੜੀ ਨੂੰ, ਲੇਕਿਨ ਇਹਨਾਂ ਜਿੱਥੇ ਜਾ ਕੇ ਵੇਖਿਆ ਕਿ ਮੁੰਡੇ ਤੇ ਆਪਣੀ ਭੈਣ ਦੇ ਘਰ ਗਏ ਸੀ ਵਿਆਹ ਵਾਸਤੇ, ਉਹ ਇਹਨਾਂ ਜਾ ਕੇ ਗੱਡੀ ਖੜ ਕੇ ਉੱਥੇ ਵੇਖਿਆ ਕੁੜੀ ਦੇ ਕੋਲ, ਅਤੇ ਉਹ ਆਪਣੀ ਭੈਣ ਦੇ ਕੋਲ ਬੈਠੇ, ਇਹਨਾਂ ਦੀ ਕੁੜੀ ਨਹੀਂ ਹੈਗੀ ਉੱਥੇ, ਇਹਨਾਂ ਜਾਣ ਬੁੱਝ ਕੇ ਸਾਡੇ ਮੁੰਡੇ ਦਾ ਨਾਂ ਲਾਉਂਦੇ ਆ, ਅਤੇ ਇਹ ਇਸੇ ਕਾਰਨ ਹੀ ਇਹਨਾਂ ਆਣ ਕੇ ਅੱਜ ਸਾਡੇ ਮੁੰਡੇ ਨੂੰ ਵੱਢਿਆ। ਘਰੇ ਵਿਆਹ ਕਿਹਦਾ ਸੀ? ਵਿਆਹ ਸਾਡੀ ਭਤੀ ਦਾ, ਜਿਹੜਾ ਜਿਹੜਾ ਲੜਕਾ ਮਰਿਆ ਇਹਦੀ ਭੈਣ ਦਾ ਵਿਆਹ। ਨਹੀਂ, ਜਿਹਨਾਂ ਨੇ ਵੱਢਿਆ ਉਹ ਕਿੱਥੋਂ ਦੇ ਰਹਿਣ ਵਾਲੇ? ਉਹ ਵੀ ਮਜੀਠੇ ਦੇ ਰਹਿਣ ਵਾਲੇ। ਕੀ ਨਾਮ? ਉਹਦਾ ਨਾਂ ਦੇਬਾ।
ਤੇ ਧੇਬੇ ਦੇ ਮੁੰਡੇ ਦੋ ਆ, ਉਹਦੀ ਭੂਆ ਦੇ ਦੋ ਮੁੰਡੇ ਆ, ਨਾਲ ਉਹਦੇ ਭਤੀਜੇ ਆ, ਇਹ ਜਿਹੜੇ 6-7 ਬੰਦੇ ਆਣ ਕੇ ਇਹਨਾਂ ਪਿਆਰ ਸੰਬੰਧ ਦਾ ਇਲਜ਼ਾਮ ਲਾ ਰਹੇ, ਉਹਦਾ ਨਾਮ ਕੀ? ਉਹ ਕੁੜੀ ਦੇ ਨਾਂ ਦਾ ਮੈਨੂੰ ਨਹੀਂ ਪਤਾ, ਵੈਸੇ ਉਹ ਕੁੜੀ ਮਤਲਬ ਪਤਲੀ ਜਿਹੀ ਕੁੜੀ ਆ, ਮੈਂ ਇਹ ਗੱਲ ਦੇਖੀ। ਕਿਹੜੀ ਕਿਹੜੀ ਬਰਾਦਰੀ ਦੇ? ਉਹ ਵੀ ਮਿਲਦੀ ਕੁੜੀ। ਹੁਣ ਕਿੱਦਾਂ ਕੁੜੀ ਦਾ ਕੀ ਹਾਲ ਆ? ਕੁੜੀ ਦੀ ਵੀ ਡੈਥ ਹੋ ਗਈ, ਉਹਨਾਂ ਇੱਥੋਂ ਇਹਨੂੰ ਵੱਢ ਕੇ ਜਾ ਕੇ ਮੁੜ ਕੇ ਉਹਨੂੰ ਕੁੜੀ ਨੂੰ ਵੱਢਿਆ। ਕਿੰਨੇ ਵੱਢਿਆ? ਇਹਨਾਂ ਨੇ ਆ ਜਿਹੜੇ ਧੇਬਾ ਅਤੇ ਉਹਦੇ ਜਿਹੜੇ ਮੁੰਡੇ ਆਏ ਆ, ਉਹਨਾਂ ਨੇ ਜਾ ਕੇ ਮੁੜ ਕੇ ਐਲਟੋ ਕਾਰ ਦੇ ਵਿੱਚ ਆਏ ਆ। ਇਸ ਮੌਕੇ DSP ਮਜੀਠਾ ਰਵਿੰਦਰ ਸਿੰਘ ਅਤੇ SHO ਹਰਕੀਤ ਸਿੰਘ ਨੇ ਇਤਲਾਹ ਮਿਲਦਿਆਂ ਹੀ ਸਮੇਤ ਪਾਰਟੀ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।